ਸਤਿਕਾਰਯੋਗ ਦੋਸਤੋ, ਅੱਜ ਕਰਤਾਰਪੁਰ ਸ਼ਹਿਰ ਦੇ ਵਿੱਚ ਕੁਝ ਸਾਡੇ ਦੋ ਨੌਜਵਾਨ, ਇੱਕ ਸ਼ੇਖਰ ਅਤੇ ਸੁਖਵਿੰਦਰ ਪੁੱਤਰ, ਜਿਹੜੇ ਗਿਆਨ ਵਾਸੀ ਪਿੰਡ ਦਿੱਤੋ ਨੰਗਲ, ਜਿਹੜੇ ਵਾਲਮੀਕਿ ਭਾਈਚਾਰੇ ਨਾਲ ਸੰਬੰਧਿਤ ਸਨ, ਉਹਨਾਂ ਨੂੰ ਜਿਹੜੇ ਕੁਝ ਲੋਕ ਉਹਨਾਂ ਦੇ ਘਰ ਦੇ ਬਾਹਰੋਂ ਜਿਹੜਾ ਉਹ ਅਗਵਾ ਕਰਕੇ ਗੱਡੀ ਦੇ ਵਿੱਚ ਲਿਆਉਣ ਤੋਂ ਬਾਅਦ ਕਰਤਾਰਪੁਰ ਇੱਕ ਵਰਕਸ਼ਾਪ ਦੇ ਵਿੱਚ ਲਿਜਾ ਕੇ ਉਹਨਾਂ ਦੀ ਜਿਹੜੀ ਆ ਬੁਰੀ ਤਰ੍ਹਾਂ ਜਿਹੜੀ ਆ ਕੁੱਟਮਾਰ ਕੀਤੀ। ਔਰ ਕੁੱਟਮਾਰ ਕਰਨ ਤੋਂ ਬਾਅਦ ਜਿਹੜਾ ਪੁਲਿਸ ਨੂੰ ਜਿਹੜਾ ਉਹ ਇਹ ਕਿਹਾ ਕਿ ਸਾਡੇ ਜਿਹੜੇ ਆ ਚੋਰੀ ਕਰਨ ਜਿਹੜੇ ਉਹ ਆਏ ਸੀ। ਸਾਰੀਆਂ ਤਮਾਮ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਹੋਈਆਂ, ਉਹਦੇ ਸਾਰੇ ਆਗੂ ਸਾਹਿਬਾਨ ਜਿਹੜੇ ਆ ਉਹ ਸਾਡੇ ਦਰਮਿਆਨ ਜਿਹੜੇ ਹੈਗੇ ਆ। ਔਰ ਅਸੀਂ ਜਿਹੜਾ ਪੁਲਿਸ ਅਧਿਕਾਰੀਆਂ ਨੂੰ ਜਿਹੜਾ ਹੁਣੇ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਜਿਹੜਾ ਉਹ ਮਿਲ ਕੇ ਹਟੇ ਹਾਂ, ਔਰ ਉਹਦੇ ਵਿੱਚ ਅਸੀਂ ਬੜਾ ਕਲੀਅਰ ਕੱਟ ਉਹਨਾਂ ਨੂੰ ਜਿਹੜਾ ਉਹ ਦੱਸਿਆ ਕਿ ਜਥੇਬੰਦੀਆਂ ਅਗਰ ਜਿਹੜਾ ਇਸ ਦਲਿਤ ਨੌਜਵਾਨਾਂ ਨੂੰ ਜਿਹੜਾ ਇਨਸਾਫ ਜਿਹੜਾ ਤੁਸੀਂ ਨਹੀਂ ਦਿਓਗੇ ਤਾਂ ਅਸੀਂ ਜਿਹੜਾ ਸੜਕਾਂ 'ਤੇ ਆਉਣ ਲਈ ਜਿਹੜਾ ਮਜਬੂਰ ਹੋਵਾਂਗੇ। ਔਰ ਉਹਦੇ ਵਿੱਚ ਅਸੀਂ ਇੱਕ ਤਾਂ ਇਹ ਡਿਮਾਂਡ ਜਿਹੜੀ ਸਾਡੀ ਕੀਤੀ ਹੋਈ ਆ ਕਿ ਫੌਰੀ ਤੌਰ 'ਤੇ ਜਿਹੜੇ ਲੋਕਾਂ ਨੇ ਅੱਤਿਆਚਾਰ ਕੀਤਾ, ਜਿਨ੍ਹਾਂ ਨੇ ਘਟਨਾ ਨੂੰ ਇਹ ਅੰਜਾਮ ਦਿੱਤਾ, ਉਹਨਾਂ ਲੋਕਾਂ ਦੇ ਖਿਲਾਫ਼ ਜਿਹੜਾ ਅਗਵਾ ਕਰਨ ਔਰ ਜਿਹੜਾ ਬੰਧਕ ਬਣਾ ਕੇ ਜਿਹੜੀ ਕੁੱਟਮਾਰ ਕਰਕੇ ਜਿਹੜਾ ਉਹ ਜਾਤੀ ਉਤਪੀੜਨ ਕੀਤਾ ਗਿਆ, ਉਹਨਾਂ ਲੋਕਾਂ ਦੇ ਖਿਲਾਫ਼ ਜਿਹੜੀਆਂ ਅਗਵਾ ਕਰਨ, ਬੰਧਕ ਬਣਾਉਣ ਅਤੇ ਦਲਿਤ ਅੱਤਿਆਚਾਰ ਜਿਹੜੀ ਆ ਵਿਰੋਧੀ ਜਿਹੜੀਆਂ ਫੈਕਟਰੀਆਂ ਧਰਾਵਾਂ ਜਿਹੜੀਆਂ ਉਹ ਜਿਹੜੀਆਂ ਲਾ ਕੇ ਫੌਰੀ ਤੌਰ 'ਤੇ ਜਿਹੜਾ ਪਰਚਾ ਜਿਹੜਾ ਉਹ ਦਰਜ ਕਰਕੇ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ। ਔਰ ਸਾਨੂੰ ਜਿਹੜਾ ਅਧਿਕਾਰੀਆਂ ਨੇ ਜਿਹੜਾ ਵਿਸ਼ਵਾਸ ਦਿੱਤਾ ਕਿ ਅਸੀਂ ਜਿਹੜਾ ਫੌਰੀ ਤੌਰ 'ਤੇ ਜਿਹੜਾ ਉਹ ਕਾਰਵਾਈ ਜਿਹੜੀ ਅਮਲ 'ਚ ਲਿਆ ਰਹੇ ਹਾਂ, ਅਗਰ ਜੇਕਰ ਫਿਰ ਵੀ ਜਿਹੜਾ ਕਿਤੇ ਕੋਈ ਢਿੱਲ ਮੱਠ ਜਿਹੜੀ ਪੁਲਿਸ ਦੀ ਨਜ਼ਰ ਆਈ ਤਾਂ ਅਸੀਂ ਸਾਰੀਆਂ ਜਥੇਬੰਦੀਆਂ ਦਾ ਇਹ ਫੈਸਲਾ ਕਿ ਸਾਂਝੇ ਤੌਰ 'ਤੇ ਜਿਹੜਾ ਸੜਕਾਂ 'ਤੇ ਆਉਣ ਲਈ ਮਜਬੂਰ ਜਿਹੜਾ ਹੋਵਾਂਗੇ।